ਸਾਡੀ BKU ਸਿੱਧੂਪੁਰ ਵੱਲੋਂ ਜ਼ਿਲ੍ਹਾ ਫਿਰੋਜ਼ਪੁਰ ਬਲਾਕ ਮੰਦੋਟ ਵੱਲੋਂ 3-4 ਦਿਨ ਤੋਂ ਜਿਹੜਾ ਬਿਜਲੀ ਬੋਰਡ ਨੂੰ ਆ ਕੰਟੈਕਟ ਕੀਤਾ ਗਿਆ ਸੀ ਵੀ ਜਿਹੜੀ ਸਾਡੀ ਬਿਜਲੀ ਬਹੁਤ ਪਰੇਸ਼ਾਨ ਹੋ ਰਹੀ ਹੈ ਸਾਨੂੰ ਕਰ ਰਹੀ ਹੈ ਵੀ ਜਿਹੜੀ ਲਾਈਟ ਨਾ ਆਉਣ ਕਰਕੇ ਮੋਟਰਾਂ ਬੰਦ ਪਈਆਂ ਅਤੇ ਜਿਹੜੀ ਲੇਬਰ ਆ ਉਹ ਵੀ ਬੈਠੀ ਆ, ਪਨੀਰੀਆਂ ਖਰਾਬ ਹੋਈਆਂ ਸੁੱਕ ਰਹੀਆਂ, ਜਿਹੜੇ ਸਾਡੇ ਰਿਫੰਡ ਵੱਜੇ ਆ ਉਹਦੀ ਤਰੇੜਾਂ ਪਾੜ ਗਈਆਂ, ਪਰ ਮਹਿਕਮੇ ਵੱਲੋਂ ਕੋਈ ਵੀ ਸਾਡੇ ਕੋਈ ਸੁਣਵਾਈ ਨਹੀਂ ਕੀਤੀ ਗਈ। ਜਦੋਂ ਵਾਰ ਵਾਰ ਸਾਡੇ ਬੇਨਤੀ ਕਰਨ 'ਤੇ ਮੰਗ ਪੱਤਰ ਦੇਣ 'ਤੇ ਮਹਿਕਮੇ ਵੱਲੋਂ ਕੋਈ ਸੁਣਵਾਈ ਨਹੀਂ ਕੀਤੀ ਗਈ, ਸਾਡੇ ਕੋਲ ਹੋਰ ਕੋਈ ਚਾਰਾ ਨਹੀਂ ਸੀਗਾ, ਇਸ ਕਰਕੇ ਸਾਨੂੰ ਜਿਹੜਾ ਰਾਤ 9 ਵਜੇ ਤੋਂ ਲੈ ਕੇ ਜਿਹੜਾ ਹੈਗਾ ਰੋਡ ਜਾਮ ਕਰਨਾ ਪਿਆ। ਇਸ ਕਾਰਨ ਸਾਨੂੰ ਕਰਨਾ ਪਿਆ ਕਿ ਤਾਂ ਕਿ ਇਹ ਜਿਹੜੀ ਇਹ ਆਵਾਜ਼ ਆ ਸਰਕਾਰ ਦੇ ਕੰਨਾਂ ਤੱਕ ਪਹੁੰਚ ਸਕੇ, ਜਿਹੜੀ ਸਰਕਾਰ ਕਹਿੰਦੀ ਸੀ ਬਦਲਾਅ ਵਾਲੀ ਸਰਕਾਰ 70 ਸਾਲਾਂ ਬਾਅਦ ਬਦਲਾਅ ਆ, ਉਹ ਸਾਰਿਆਂ ਦੇ ਸਾਹਮਣੇ ਅੱਜ ਵੇਖੋ ਜੀ ਵੀ ਜਿਹੜਾ ਲਾਈਟ ਜਿਹੜੀ ਕਿਸਾਨਾਂ ਨੂੰ ਨਹੀਂ ਮਿਲ ਰਹੀ ਜਿਹਦੇ ਕਰਕੇ ਰੋਡ 'ਤੇ ਬੈਠਣਾ ਪਿਆ ਕਿਸਾਨ ਨੂੰ। ਸਾਡੀ BKU ਸਿੱਧੂਪੁਰ ਵੱਲੋਂ ਜ਼ਿਲ੍ਹਾ ਫਿਰੋਜ਼ਪੁਰ ਬਲਾਕ ਮੰਦੋਟ ਵੱਲੋਂ 3-4 ਦਿਨ ਤੋਂ ਜਿਹੜਾ ਬਿਜਲੀ ਬੋਰਡ ਨੂੰ ਆ ਕੰਟੈਕਟ ਕੀਤਾ ਗਿਆ ਸੀ ਵੀ ਜਿਹੜੀ ਸਾਡੀ ਬਿਜਲੀ ਹੈ ਬਹੁਤ ਪਰੇਸ਼ਾਨ ਹੋ ਰਹੀ ਹੈ ਸਾਨੂੰ ਕਰ ਰਹੀ ਹੈ, ਵੀ ਜਿਹੜੀ ਲਾਈਟ ਨਾ ਆਉਣ ਕਰਕੇ ਮੋਟਰਾਂ ਬੰਦ ਪਈਆਂ ਅਤੇ ਜਿਹੜੀ ਲੇਬਰ ਆ ਉਹ ਵੀ ਬੈਠੀ ਆ, ਪਨੀਰੀਆਂ ਖਰਾਬ ਹੋਈਆਂ ਸੁੱਕ ਰਹੀਆਂ, ਜਿਹੜੇ ਸਾਡੇ ਰਿਫੰਡ ਵੱਜੇ ਆ ਉਹਦੀ ਤਰੇੜਾਂ ਪਾੜ ਗਈਆਂ, ਪਰ ਮਹਿਕਮੇ ਵੱਲੋਂ ਕੋਈ ਵੀ ਸਾਡੇ ਕੋਈ ਸੁਣਵਾਈ ਨਹੀਂ ਕੀਤੀ ਗਈ। ਜਦੋਂ ਵਾਰ ਵਾਰ ਸਾਡੇ ਬੇਨਤੀ ਕਰਨ 'ਤੇ ਮੰਗ ਪੱਤਰ ਦੇਣ 'ਤੇ ਮਹਿਕਮੇ ਵੱਲੋਂ ਕੋਈ ਸੁਣਵਾਈ ਨਹੀਂ ਕੀਤੀ ਗਈ, ਸਾਡੇ ਕੋਲ ਹੋਰ ਕੋਈ ਚਾਰਾ ਨਹੀਂ ਸੀਗਾ, ਇਸ ਕਰਕੇ ਸਾਨੂੰ ਜਿਹੜਾ ਰਾਤ 9 ਵਜੇ ਤੋਂ ਲੈ ਕੇ ਜਿਹੜਾ ਹੈਗਾ ਰੋਡ ਜਾਮ ਕਰਨਾ ਪਿਆ। ਇਸ ਕਾਰਨ ਸਾਨੂੰ ਕਰਨਾ ਪਿਆ ਕਿ ਤਾਂ ਕਿ ਇਹ ਜਿਹੜੀ ਇਹ ਆਵਾਜ਼ ਆ ਸਰਕਾਰ ਦੇ ਕੰਨਾਂ ਤੱਕ ਪਹੁੰਚ ਸਕੇ, ਜਿਹੜੀ ਸਰਕਾਰ ਕਹਿੰਦੀ ਸੀ ਬਦਲਾਅ ਵਾਲੀ ਸਰਕਾਰ 70 ਸਾਲਾਂ ਬਾਅਦ ਬਦਲਾਅ ਆ, ਉਹ ਸਾਰਿਆਂ ਦੇ ਸਾਹਮਣੇ ਅੱਜ ਵੇਖੋ ਜੀ ਵੀ ਜਿਹੜਾ ਲਾਈਟ ਜਿਹੜੀ ਕਿਸਾਨਾਂ ਨੂੰ ਨਹੀਂ ਮਿਲ ਰਹੀ ਜਿਹਦੇ ਕਰਕੇ ਰੋਡ 'ਤੇ ਬੈਠਣਾ ਪਿਆ ਕਿਸਾਨ ਨੂੰ।